welcome to my YouTube family. ਤੱਕੀ ਸਕਦੇ ਹੋ ਰੂਮ ਡੈਕੋਰੇਟ ਕਰਦਾ ਹੀ ਆ, ਬਾਕੀ ਕੰਮ ਰਹੀ ਆ ਸੀ ਤਾਂ ਮੈਂ ਜਦੋਂ ਬਾਕੀ ਕੰਮ ਕਰੀ ਨਾ ਉਹ ਜੇ ਫਿਰ ਕਾਰਪੇਟ ਪਈ ਜਾ ਸੀ ਫਿਰ ਘਰ ਬਾਕੀ ਕੰਮ ਨਹੀਂ ਹੋ ਰਿਹਾ ਸੀ ਮੈਂ ਚੀਜ਼ ਉਹਨਾਂ ਇਲੈਕਟ੍ਰੀਸ਼ਨ ਇਲੈਕਟ੍ਰਿਕ ਨਾ ਕੰਮ ਜਿਹੜਾ ਨਾ ਰੂਮ ਦੇ ਅੰਦਰ ਇੱਕ ਵਾਰ ਬਣੀ ਜਾ ਕਾਰਪੇਟ ਪਈ ਜਾ ਤਾਂ ਫਿਰ ਨੈਕਸਟ ਤੋਂ ਅਸੀਂ ਕੋਈ ਨਾ ਕਰੀ ਸਕਦੇ ਵਜ੍ਹਾ ਇਹ ਹੋਈ ਹੈ ਕਿ ਜਦੋਂ ਮੈਂ ਇਹ ਕਾਰਪੇਟ ਪਵਾਈ ਨਾ ਅਤੇ ਉਹਨਾਂ ਮਹੱਲੇ ਵਿੱਚ ਨਹੀਂ ਹੋਇਆ ਕਿ ਇਸ ਰੂਮਾਂ ਦੀ ਸਾਕਟ ਖਰਾਬ ਨਾ ਇੱਥੇ ਤੱਕ ਨਹੀਂ ਸਕਦੇ ਪਿੱਛੇ ਸੱਟ ਲੱਗੇ ਅਸੀਂ ਇਹ ਸੱਟ ਲੱਗੇ ਅਸੀਂ ਅਤੇ ਮੈਂ ਇੱਥੇ ਜਿਹੜਾ ਚਾਈਨਾ ਸਟੀਮ ਸੈਕਟਰੀ ਚੱਲਣਾ ਹੋਰ ਸੀ ਅਤੇ ਮੈਂ ਪਰੇਸ਼ਾਨ ਹੋਇਆ ਹੁਣ ਕਾਰਪੇਟ ਪਈ ਗਈ ਫੱਟੇ ਪੱਟਣੇ ਪਈ ਜਾ ਸਨ ਅਤੇ ਮੈਂ ਫਿਰ ਉਸੀ ਰਹਿਣ ਦਿੱਤਾ ਉਸ ਟਾਈਮ ਕਿਉਂਕਿ ਜਿਹੜੀ ਸਾਕਟ ਲੱਗੀ ਸੀ ਨਾ ਉਸਨੇ ਪਿੱਛੇ ਇੱਕ ਵਾਇਰ ਨਿਊਟਰਲ ਨਹੀਂ ਸੀ ਉਹ ਕੱਟੀ ਹੋਈ ਸੀ ਅਤੇ ਮੈਂ ਚੈੱਕ ਕਰੀ ਰਿਹਾ ਸਾਂ ਤਾਂ ਮੈਂ ਕੋਈ ਵਾਇਰ ਪਿੱਛੋਂ ਤੋਂ ਹੱਲੀ ਵੀ ਹੈ ਲੇਕਿਨ ਅੱਜ ਜਿਹੜਾ ਮੈਂ ਸਾਕਟ ਵੈਸੇ ਵੀ ਚਾਹੀਦੀ ਸੀ ਤਾਂ ਕਿਸੇ ਵੀ ਸਕਿਉਰਟੀ ਕੈਮਰਾ ਵੀ ਲਾਉਣਾ ਸੀ ਅਤੇ ਲਾਈਟ ਵੀ ਲਾਉਣੀ ਸੀ ਵਾਇਰਾਂ ਤਾਂ ਕਿ ਮੈਂ ਕੱਢੀਆਂ ਅਤੇ ਇੱਥੇ ਵੀ ਚਾਹੀਦੀ ਸਾਕਟ ਅਤੇ ਇਹ ਸਾਕਟ ਨੂੰ ਮੂਵ ਕਰੀਏ ਨਾ ਇੱਥੇ ਆਉਣੀ ਸੀ ਸਭ ਨੂੰ ਬੜਾ ਮਸਲਾ ਇਹ ਸੀ ਕਿ ਸਾਕਟ ਖਰਾਬ ਸੀ ਉਹ ਮੈਂ ਲੱਗੇ ਹੱਥਾਂ ਨਾਲ ਸਾਕਟ ਕੱਢਣੇ ਅਤੇ ਉਸ ਮੂਵ ਕੀਤੀ ਹੈ ਲੇਕਿਨ ਵਜ੍ਹਾ ਇਹ ਹੈ ਕਿ ਉਸ ਨਾਲ ਫੱਟੇ ਜਿਹੜੇ ਨੇ ਬਾਹਰ ਬਰਬ ਆਈ ਨਹੀਂ ਸੀ ਮੇਨ ਵਾਇਰਾਂ ਬਰਬ ਆਈ ਗਈਆਂ ਸਨ ਅਤੇ ਉਹ ਫੱਟੇ ਪੱਟਣੇ ਪੈ ਰਹੇ ਸਨ ਉਹ ਲਾਏ ਤਾਂ ਅੱਜ ਵੀ ਪੱਟਣੇ ਪੈ ਰਹੇ ਸਨ ਮੈਂ ਸ਼ਾਇਦ ਫੱਟਿਆਂ ਤੋਂ ਬਾਹਰ ਕੰਮ ਚੱਲੀ ਗਿਆ ਸੀ ਲੇਕਿਨ ਕੰਮ ਹੋਈ ਹੈ ਲੰਮਾ ਬਰ ਗਏ ਫੱਟੇ ਪੱਟਣੇ ਪਏ ਕਾਫੀ ਪੁਰਾਣੀ ਨਵੀਂ ਪਈ ਸੀ ਉਹ ਪੱਟਣਾ ਨਾ ਸਜਾਉਣਾ ਅਤੇ ਵਜ੍ਹਾ ਉਹ ਹੋਈ ਹੈ ਹੁਣ ਵੀ ਉਹ ਪੱਟਣੇ ਪਈ ਹੈ ਜਿਸ ਦੀ ਵਜ੍ਹਾ ਨਾਲ ਮੇਰੇ ਬਾਲ ਕਾਫੀ ਕੰਮ ਖੁੱਲੀ ਗਿਆ ਸੀ ਫਿਰ ਇਸ ਮੈਨੂੰ ਮੇਰੇ ਕੋਲ ਪੂਰਾ ਸਮਾਨ ਨਹੀਂ ਸੀ ਤਾਂ ਬੰਦੇ ਹੀ ਕੇ ਮੈਂ ਆਖਿਆ ਸੀ ਚੱਲ ਤੂੰ ਆਈ ਜਾ ਉਹ ਬੰਦਾ ਆ ਮਾਸ਼ਾਅੱਲਾ ਚੰਗਾ ਬੰਦਾ ਸੀ ਉਹ ਫਿਰ ਅਸਾਂ ਮੈਂ ਮੋਬਾਇਲ ਕੱਢੀ ਸੀ ਇਹ ਫੱਟਾ ਪੱਟੀ ਸੀ ਫਿਰ ਹੁਣ ਇਹ ਨਹੀਂ ਸੀ ਪਤਾ ਕਿ ਅਸਲ ਵਜ੍ਹਾ ਖਰਾਬ ਕਿੱਥੋਂ ਹੈ ਇਸੀ ਵਜ੍ਹਾ ਨਾਲ ਇਹ ਅਸੀਂ ਫੱਟਾ ਪੱਟਣਾ ਪਏ ਪਰ ਕਾਸਪੀਟ ਪੱਟਣੀ ਪਈ ਇਹ ਇੱਥੇ ਇਸ 'ਚ ਅਸੀਂ ਮੈਨ ਜ਼ੋਰ ਲੱਗੇ ਆ ਕਿਉਂਕਿ ਇਸ ਵਾਇਰਸ ਆ ਉਹ ਵਾਲੀ ਸਾਕਟ ਬੰਦ ਹੋਈ ਗਈ ਸੀ ਇਹ ਵਾਲੀ ਬੰਦ ਹੋਈ ਸੀ ਅਤੇ ਫਿਰ ਅਸੀਂ ਇਹ ਵਾਲਾ ਵੀ ਕਾਰਪੇਟ ਪੱਟਣੀ ਫੱਟੇ ਪੱਟਣੇ ਹੁਣ ਬੰਦਾ ਆਇਆ ਸੀ ਉਹ ਆਪਣਾ ਇਲੈਕਟ੍ਰਿਕ ਨਾਲ ਕੰਮ ਉਸ ਤੂੰ ਕਰੀ ਜਾ ਅਤੇ ਚੱਲ ਬਾਕੀ ਮੈਂ ਆਪੇ ਕਰੀ ਸਾਂ ਹੁਣ ਤਾਂ ਕਿਸੇ ਨੇ ਫੱਟੇ ਜੋੜਨ ਲੱਗੇ ਹਾਂ ਅਤੇ ਸਾਕਟ ਜਿਹੜੀ ਹੈ ਨਾ ਇੱਥੇ ਅਸਾਂ ਫਿਕਸ ਹੋਈ ਕਰੀ ਛੁੱਟੀ ਹੈ ਇਲੈਕਟ੍ਰਿਕ ਨਾਲ ਕੰਮ ਇਹ ਵੀ ਜਾਣਾ ਲੇਕਿਨ ਉਹ ਬੰਦਾ ਥੋੜ੍ਹਾ ਐਕਸਪੀਰੀਅੰਸ ਸੀ ਪੁਰਾਣਾ ਕੰਮ ਇੱਥੇ ਕੰਮ ਕਰਨਾ ਰਹਿਣਾ ਕਿਉਂਕਿ ਮੈਂ ਤਾਂ ਪਾਕਿਸਤਾਨ ਕੰਮ ਕੀਤੇ ਆ ਇੱਥੇ ਨਾ ਰਿਸਕ ਮੈਂ ਇਸ ਵਾਰ ਨਹੀਂ ਸੀ ਹੁੰਦਾ ਕਿ ਮੇਰੀ ਬਿਜਲੀ ਹੈ ਫੱਟੇ ਮੇਰੀ ਕਾਰਪੇਟ ਹੈ ਕਰਾਇਆ ਚਾਕ ਲੱਗੀ ਸਕਦੀ ਫੌਰਨ ਵੈਸੇ ਤਾਂ ਮੈਂ ਹੀ ਕਰੀ ਨਾਲ ਚਲੋ ਮੈਂ ਹੈਲਪ ਕੀਤੀ ਉਹ ਵਾਇਰਾਂ ਉਸ ਕਨੈਕਟ ਕਰੀ ਦਿੱਤੀਆਂ ਆਪੇ ਕਰੀ ਨਾਲ ਲੇਕਿਨ ਮਿਹਰਬਾਨੀ ਉਸਨੇ ਉਹ ਬੰਦੇ ਫੋਨ ਕੀਤਾ ਬੰਦਾ ਆਈ ਆ ਅਤੇ ਜਿਸਨੀ ਵਜ੍ਹਾ ਨਾਲ ਇਹ ਸਾਰਾ ਕੰਮ ਖੁੱਲ੍ਹੀ ਗਿਆ ਹੋਇਆ ਤਾਂ ਹੁਣ ਤੱਕ ਜਿਹੜਾ ਮੈਂ ਫਿਕਸ ਕਰਨ ਲੱਗੀ ਹਾਂ ਬਾਕੀ ਸਕਿਉਰਟੀ ਕੈਮਰੇ ਨਹੀਂ ਵਾਇਰ ਮੈਂ ਪਾਸ ਕਰੀ ਹੈ ਬਾਹਰ ਕੱਢੀ ਵੀ ਹੈ ਅਤੇ ਨਾਲ ਹੀ ਇਲੈਕਟ੍ਰਿਕ ਵਾਇਰ ਕੱਢੀ ਵੀ ਹੈ ਅਤੇ ਇਸ ਨਾਲ ਕਨੈਕਟ ਕਰ ਸਕਾਂ ਇਸ ਸਾਕਟ ਨਾਲ ਇੱਥੇ ਮੈਂ ਪਲੱਗ ਲਾ ਕੇ ਦੋਵੇਂ ਕੈਮਰਾ ਵੀ ਅਤੇ ਲਾਈਟ ਵੀ ਔਨ ਕਰ ਸਕਾਂ ਬਾਹਰ ਲਾਈਟਾਂ ਤਾਂ ਮੈਂ ਫਿਕਸ ਕਰਨੀ ਆ ਉਹ ਵੀ ਤੁਸੀਂ ਵੀ ਕਰਾ ਸਾਂ ਅਤੇ ਜੇ ਇਹ ਸਾਈਡ ਦਾ ਸਾਨੂੰ ਥੋੜ੍ਹਾ ਬਾਅਦ ਅਗਰ ਹਨੇਰਾ ਵੀ ਹੋਣਾ ਅਤੇ ਲਾਈਟ ਅਸਾਂ ਲਾਈ ਛੁੱਣੇ ਹਾਂ ਜੇ ਮੈਂ ਜ਼ਰੂਰ ਕਰਵਾਇਆ ਤਾਂ ਔਨ ਵੀ ਕਰੀ ਦਿੰਦੀ ਹਾਂ ਅਤੇ ਨਾਲ ਕੈਮਰਾ ਵੀ ਫਿਕਸ ਕਰ ਸਕਾਂ ਕੈਮਰਾ ਆਉਣੀ ਗਿਆ ਰੱਖਿਆ ਸੀ ਕਾਫੀ ਅੱਛਾ ਵਜ੍ਹਾ ਇਹ ਸੀ ਮੈਂ ਆਪਣਾ ਰੂਮ ਪੂਰਾ ਡੈਕੋਰੇਟ ਹੋਈ ਜਾਂ ਤਾਂ ਫਿਰ ਬਾਕੀ ਕੰਮ ਕਰ ਚਲੋ ਠੀਕ ਆ ਅਗਰ ਤੁਸੀਂ ਅਸਾਂ ਦੀ ਵੀਡੀਓ ਪਸੰਦ ਸ਼ੇਅਰ ਕਰੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅੱਲਾ ਹਾਫਿਜ਼।
लब पर आया हूँ।